ਇੱਕ ਬਣ ਰਹੀ ਲਾਇਬ੍ਰੇਰੀ ਦੇ ਵਿੱਚ ਭਿਆਨਕ ਹਾਦਸਾ ਹੋਇਆ। ਦੱਸਦੇ ਕਿ ਇੱਥੇ ਦੋ ਲੋਕ 20 ਫੁੱਟ ਉਚਾਈ ਤੋਂ ਡਿੱਗ ਪਏ, ਜਿਨ੍ਹਾਂ ਦੇ ਨਾਲ ਉਸ ਦੀਆਂ ਪਸਲੀਆਂ ਟੁੱਟ ਗਈਆਂ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਦੀਏ ਕਿ ਇਹ ਦੋਵੇਂ ਮਜ਼ਦੂਰ ਲਾਇਬ੍ਰੇਰੀ ਦੇ ਵਿੱਚ ਲਿਫਟ ਦਾ ਕੰਮ ਕਰਦੇ ਸੀ ਤਾਂ ਇੱਕ ਮਜ਼ਦੂਰ ਦਾ ਪੈਰ ਫਸ ਗਿਆ। ਦੂਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ 20-25 ਫੁੱਟ ਦੀ ਉਚਾਈ ਤੋਂ ਇੱਕਦਮ ਥੱਲੇ ਡਿੱਗ ਪਏ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਨਿਰਮਾਣ ਅਧੀਨ ਲਾਇਬ੍ਰੇਰੀ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ। ਲਾਇਬ੍ਰੇਰੀ ਨਗਰ ਨਿਗਮ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਮ ਦੇ ਵੱਲੋਂ ਇਸ ਲਾਇਬ੍ਰੇਰੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਔਰ ਇਹ ਮਜ਼ਦੂਰ ਇੱਥੇ ਕੰਮ ਕਰਦੇ ਸੀ। ਲਿਫਟ ਦੇ ਵਿੱਚ ਕੰਮ ਕਰਨ ਕਰਕੇ ਇੱਕ ਦਾ ਪੈਰ ਫਸ ਗਿਆ, ਦੂਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ 20 ਫੁੱਟ ਉਚਾਈ ਤੋਂ ਥੱਲੇ ਡਿੱਗ ਪਏ। ਫਿਲਹਾਲ ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੂੰ ਸਥਿਤੀ ਗੰਭੀਰ ਹੁੰਦੀ ਦੇਖ ਅੱਗੇ ਰੈਫਰ ਕੀਤਾ ਗਿਆ। ਇਹ ਤਾਂ ਹੁਣ ਉੱਥੇ ਲੇਬਰ ਲੱਗੀ ਹੋਈ ਹੈ, ਉੱਥੇ ਕਿੱਥੇ ਲਾਇਬ੍ਰੇਰੀ ਬਣੀ ਜਾਂਦੀ ਹੈ ਨਗਰ ਨਿਗਮ, ਉਹ ਲਾਇਬ੍ਰੇਰੀ ਦੇ ਵਿੱਚ ਉੱਥੇ ਬੰਦਾ ਕੋਈ ਮਾਲ ਲਿਫਟ ਕਰ ਰਿਹਾ ਸੀਗਾ ਅਤੇ ਉਹ ਕਹਿੰਦੇ ਜੀ ਉਹਦੇ 'ਚ ਇਹਦਾ ਪੈਰ ਫਸ ਗਿਆ ਅਤੇ ਉਹ ਦੂਜਾ ਬਚਾਉਂਦਾ ਪਿਆ ਸੀਗਾ ਤਾਂ ਬਚਾਉਣ ਕਰਕੇ ਵੀ ਉਹ ਬਚਾ ਦੋਨੋਂ ਹੀ ਡਿੱਗ ਪਏ ਨੇ। ਇਹ ਤਾਂ ਜੀ ਮੈਂ ਕਹਿੰਦਾ ਮਾਲਕ ਜਿਹੜੇ ਨਾਲ ਲੈ ਕੇ ਆਏ ਨੇ ਚੰਗੀ ਗੱਲ ਹੈ ਜੀ, ਵੀ ਜਿੰਨੀ ਕੁ ਉਹਦੇ ਦੇਖਭਾਲ ਉਹਨਾਂ ਦੀ ਹੋ ਸਕਦੀ ਹੈ। ਇੱਥੇ ਲੋਕ ਵੀ ਸੜਕ 'ਤੇ ਛੱਡ ਕੇ ਚਲੇ ਜਾਂਦੇ ਨੇ, ਅਸੀਂ ਤਾਂ ਕਹਿੰਦੇ ਸਾਰਿਆਂ ਨੂੰ ਵੀ ਚਲੋ ਪਰਮਾਤਮਾ ਇਹ ਜਿਹਾ ਕਸ਼ਟ ਕਿਸੇ 'ਤੇ ਨਾ ਦੇਵੇ, ਬਾਕੀ ਮਾਲਕਾਂ ਦੀ ਹਿੰਮਤ ਹੈ ਜੀ ਜਿਹੜੇ ਮਾਲਕ ਨਾਲ ਲਿਆਏ ਨੇ। ਇਹ ਸ਼ਿਵਰਾਜ ਅਤੇ ਵਿਕਰਮ ਦੋ ਹੈ ਪੇਸ਼ੈਂਟ, ਇਹ ਨਾ ਮਤਲਬ 20 ਫੁੱਟ ਉਚਾਈ ਤੋਂ ਗਿਰੇ ਹੈ, ਕੰਸਟਰਕਸ਼ਨ ਵਰਕ ਚੱਲ ਰਿਹਾ ਸੀਗਾ ਉੱਥੇ ਕੰਮ ਕਰ ਰਹੇ ਸੀਗੇ ਅਤੇ ਬਾਹਰ ਦੇ ਰਹਿਣ ਵਾਲੇ ਹੈ, ਠੇਕੇਦਾਰ ਕੋਲ ਕੰਮ ਕਰਦੇ ਸੀਗੇ ਅਤੇ ਉਚਾਈ ਤੋਂ ਗਿਰੇ, ਤਾਂ ਉਹਨਾਂ ਦੀ ਕਾਫੀ ਸੀਰੀਅਸ ਹੈ, ਹੈਡ ਇੰਜਰੀ ਵੀ ਹੈ, ਫ੍ਰੈਕਚਰ ਵੀ ਹੈ ਅਤੇ ਅਸੀਂ ਇਹਨਾਂ ਦੀ ਹਾਲਤ ਕਾਫੀ ਸੀਰੀਅਸ ਹੈ, ਇਹਨੂੰ ਰੈਫਰ ਕਰਤਾ ਹੈ ਫਰੀਦਕੋਟ। ਹਾਦਸਾ ਕੁਛ ਨਹੀਂ, ਉਹ ਬੰਦੇ ਕੰਮ ਕਰ ਰਹੇ ਸੀ, ਮਸ਼ੀਨ ਖੋਲ੍ਹਦੇ ਸੀ, ਪੈਰ ਤਿਲਕ ਗਿਆ ਅਤੇ ਇੱਕ ਦਾ ਨਾਮ ਤਾਂ ਸ਼ਿਵਰਾਜ ਹੈ, ਇੱਕ ਵਿਕਰਮ ਹੈ। ਠੀਕ ਹੈ, ਕਿਵੇਂ ਹਾਲਤ ਕਿਵੇਂ ਉਹਨਾਂ ਦਾ? ਠੀਕ ਹੈ, ਠੀਕ ਹੈ, ਰੈਫਰ ਕਰੇ ਫ੍ਰੈਕਚਰ ਹੈਗੇ ਆ ਲੱਤ 'ਤੇ। ਅੱਛਾ ਜੀ, ਫਰੀਦਕੋਟ ਰੈਫਰ ਕਰੇ ਲੈ ਕੇ। ਠੀਕ ਹੈ ਜੀ। ਇੱਕ ਬਣ ਰਹੀ ਲਾਇਬ੍ਰੇਰੀ ਦੇ ਵਿੱਚ ਭਿਆਨਕ ਹਾਦਸਾ ਹੋਇਆ। ਦੱਸਦੇ ਕਿ ਇੱਥੇ ਦੋ ਲੋਕ 20 ਫੁੱਟ ਉਚਾਈ ਤੋਂ ਡਿੱਗ ਪਏ, ਜਿਨ੍ਹਾਂ ਦੇ ਨਾਲ ਉਸ ਦੀਆਂ ਪਸਲੀਆਂ ਟੁੱਟ ਗਈਆਂ। ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਦੀਏ ਕਿ ਇਹ ਦੋਵੇਂ ਮਜ਼ਦੂਰ ਲਾਇਬ੍ਰੇਰੀ ਦੇ ਵਿੱਚ ਲਿਫਟ ਦਾ ਕੰਮ ਕਰਦੇ ਸੀ ਤਾਂ ਇੱਕ ਮਜ਼ਦੂਰ ਦਾ ਪੈਰ ਫਸ ਗਿਆ, ਦੂਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ 20-25 ਫੁੱਟ ਦੀ ਉਚਾਈ ਤੋਂ ਇੱਕਦਮ ਥੱਲੇ ਡਿੱਗ ਪਏ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲਾ ਅਬੋਹਰ ਤੋਂ ਸਾਹਮਣੇ ਆਇਆ, ਜਿੱਥੇ ਨਿਰਮਾਣ ਅਧੀਨ ਲਾਇਬ੍ਰੇਰੀ ਦੇ ਵਿੱਚ ਇਹ ਵੱਡਾ ਹਾਦਸਾ ਹੋਇਆ। ਲਾਇਬ੍ਰੇਰੀ ਨਗਰ ਨਿਗਮ ਦੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਨਿਗਮ ਦੇ ਵੱਲੋਂ ਇਸ ਲਾਇਬ੍ਰੇਰੀ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ ਔਰ ਇਹ ਮਜ਼ਦੂਰ ਇੱਥੇ ਕੰਮ ਕਰਦੇ ਸੀ। ਲਿਫਟ ਦੇ ਵਿੱਚ ਕੰਮ ਕਰਨ ਕਰਕੇ ਇੱਕ ਦਾ ਪੈਰ ਫਸ ਗਿਆ, ਦੂਜੇ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ 20 ਫੁੱਟ ਉਚਾਈ ਤੋਂ ਥੱਲੇ ਡਿੱਗ ਪਏ। ਫਿਲਹਾਲ ਦੋਵਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੂੰ ਸਥਿਤੀ ਗੰਭੀਰ ਹੁੰਦੀ ਦੇਖ ਅੱਗੇ ਰੈਫਰ ਕੀਤਾ ਗਿਆ। ਇਹ ਤਾਂ ਹੁਣ ਉੱਥੇ ਲੇਬਰ ਲੱਗੀ ਹੋਈ ਹੈ, ਉੱਥੇ ਕਿੱਥੇ ਲਾਇਬ੍ਰੇਰੀ ਬਣੀ ਜਾਂਦੀ ਹੈ ਨਗਰ ਨਿਗਮ, ਉਹ ਲਾਇਬ੍ਰੇਰੀ ਦੇ ਵਿੱਚ ਉੱਥੇ ਬੰਦਾ ਕੋਈ ਮਾਲ ਲਿਫਟ ਕਰ ਰਿਹਾ ਸੀਗਾ ਅਤੇ ਉਹ ਕਹਿੰਦੇ ਜੀ ਉਹਦੇ 'ਚ ਇਹਦਾ ਪੈਰ ਫਸ ਗਿਆ ਅਤੇ ਉਹ ਦੂਜਾ ਬਚਾਉਂਦਾ ਪਿਆ ਸੀਗਾ ਤਾਂ ਬਚਾਉਣ ਕਰਕੇ ਵੀ ਉਹ ਬਚਾ ਦੋਨੋਂ ਹੀ ਡਿੱਗ ਪਏ ਨੇ। ਇਹ ਤਾਂ ਜੀ ਮੈਂ ਕਹਿੰਦਾ ਮਾਲਕ ਜਿਹੜੇ ਨਾਲ ਲੈ ਕੇ ਆਏ ਨੇ ਚੰਗੀ ਗੱਲ ਹੈ ਜੀ,
ਵੀ ਜਿੰਨੀ ਕੁ ਦੇਖਭਾਲ ਇਹਨਾਂ ਦੀ ਹੋ ਸਕਦੀ ਹੈ। ਇੱਥੇ ਲੋਕ ਵੀ ਸੜਕ 'ਤੇ ਛੱਡ ਕੇ ਚਲੇ ਜਾਂਦੇ ਨੇ। ਅਸੀਂ ਤਾਂ ਕਹਿੰਦੇ ਸਾਰਿਆਂ ਨੂੰ ਵੀ ਚਲੋ ਪਰਮਾਤਮਾ ਇਹ ਜਿਹਾ ਕਸ਼ਟ ਕਿਸੇ 'ਤੇ ਨਾ ਦੇਵੇ, ਬਾਕੀ ਮਾਲਕਾਂ ਦੀ ਹਿੰਮਤ ਹੈ ਜੀ ਜਿਹੜੇ ਮਾਲਕ ਨਾਲ ਲਿਆ ਨੇ। ਇਹ ਸ਼ਿਵਰਾਜ ਅਤੇ ਵਿਕਰਮ ਦੋ ਹੈ ਪੇਸ਼ੈਂਟ, ਇਹ ਨਾ ਮਤਲਬ 20 ਫੁੱਟ ਉੱਚਾਈ ਤੋਂ ਗਿਰੇ, ਕੰਸਟਰਕਸ਼ਨ ਵਰਕ ਚੱਲ ਰਿਹਾ ਸੀਗਾ, ਉੱਥੇ ਕੰਮ ਕਰ ਰਹੇ ਸੀਗੇ ਅਤੇ ਬਾਹਰ ਦੇ ਰਹਿਣ ਵਾਲੇ ਹੈ, ਠੇਕੇਦਾਰ ਕੋਲ ਕੰਮ ਕਰਦੇ ਸੀਗੇ ਅਤੇ ਉੱਚਾਈ ਤੋਂ ਗਿਰੇ ਅਤੇ ਉਹਨਾਂ ਦੀ ਕਾਫੀ ਸੀਰੀਅਸ ਹੈ, ਹੈਡ ਇੰਜਰੀ ਵੀ ਹੈ, ਫ੍ਰੈਕਚਰ ਵੀ ਹੈ, ਅਤੇ ਅਸੀਂ ਇਹਨਾਂ ਦੀ ਹਾਲਤ ਕਾਫੀ ਸੀਰੀਅਸ ਹੈ, ਇਹਨੂੰ ਰੈਫਰ ਕਰਤਾ ਹੈ ਫਰੀਦਕੋਟ। ਹਾਦਸਾ ਕੁਛ ਨਹੀਂ, ਉਹ ਬੰਦੇ ਕੰਮ ਕਰ ਰਹੇ ਸੀ, ਮਸ਼ੀਨ ਖੋਲ੍ਹਦੇ ਸੀ, ਪੈਰ ਤਿਲਕ ਗਿਆ ਅਤੇ ਉਹ ਦਾ ਨਾਮ ਦਾ ਸ਼ਿਵਰਾਜ ਹੈ, ਇੱਕ ਵਿਕਰਮ ਹੈ। ਠੀਕ ਹੈ, ਕਿਵੇਂ ਹਾਲਤ ਕਿਵੇਂ ਉਹਨਾਂ ਦਾ? ਠੀਕ ਹੈ, ਠੀਕ ਹੈ, ਰੈਫਰ ਕਰੇ ਆ, ਫ੍ਰੈਕਚਰ ਹੈਗੇ ਆ ਲੱਤ 'ਤੇ। ਅੱਛਾ ਜੀ, ਫਰੀਦਕੋਟ ਰੈਫਰ ਕਰੇ ਲੈ ਕੇ। ਠੀਕ ਹੈ।